ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ। ਚੈਨਲ ਪੰਜਾਬ ਵੈਦਰ ਯਾਨੀ ਕਿ ਪੰਜਾਬ ਦਾ ਮੌਸਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅਤੇ ਅੱਜ ਦੀ ਇਸ ਵੀਡੀਓ ਵਿੱਚ ਮੌਸਮ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ 6 ਅਤੇ 7 ਜਨਵਰੀ ਦੀ, ਵੀ ਇਹਨਾਂ 2 ਦਿਨਾਂ ਦੌਰਾਨ ਜਿਹੜੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੁਣ ਤੱਕ ਉਹ ਸਾਂਝੀ ਕਰਾਂਗੇ। ਅਤੇ ਗੱਲ ਕਰਦੇ ਹਾਂ ਸ਼ੁਰੂਆਤ 6 ਜਨਵਰੀ, ਜਿਵੇਂ 6 ਜਨਵਰੀ ਤੜਕੇ ਦੇ ਸਮੇਂ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਜਿਹੜੀ ਹਲਕੀ ਬੂੰਦਾਬਾਂਦੀ ਦੇ ਰੂਪ ਵਿੱਚ ਕਣੀਆਂ ਪਈਆਂ ਹਨ, ਹਲਕੇ ਰੂਪ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ। ਅਤੇ ਜਿਹੜੀ ਬੱਦਲਬਾਈ ਆਉਣ ਵਾਲੇ ਸਮੇਂ 6 ਜਨਵਰੀ ਵੀ ਇਸ ਤਰ੍ਹਾਂ ਜਾਰੀ ਰਹੇਗੀ। 6 ਜਨਵਰੀ ਦੁਪਹਿਰ ਤੱਕ ਬੱਦਲਬਾਈ ਕਾਫੀ ਸੰਘਣੀ ਹੋਣ ਦੀ ਉਮੀਦ ਹੈ ਅਤੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਮੀਂਹ ਪੈ ਸਕਦਾ ਹੈ। ਪੰਜਾਬ ਦੇ ਤਕਰੀਬਨ ਸਾਰੇ ਹੀ ਜ਼ਿਲ੍ਹਿਆਂ ਵਿੱਚ ਬੱਦਲਬਾਈ ਬਣੇਗੀ ਅਤੇ ਜਿਹੜਾ ਮੀਂਹ ਆ ਉਹ ਵੀ ਤਕਰੀਬਨ ਸਾਰੇ ਹੀ ਜ਼ਿਲ੍ਹਿਆਂ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਕਈ ਜ਼ਿਲ੍ਹਿਆਂ ਦੇ ਕੁਝ ਭਾਗ ਮਤਲਬ ਸੁੱਕੇ ਵੀ ਰਹਿ ਸਕਦੇ ਹਨ ਤਕਰੀਬਨ ਹਲਕੀ ਬੂੰਦਾਬਾਂਦੀ ਨਾਲ, ਪਰ ਜਿਹੜੇ 60 ਤੋਂ 70% ਇਲਾਕੇ ਹੋਣਗੇ ਉਹਨਾਂ ਇਲਾਕਿਆਂ ਵਿੱਚ ਜਿਹੜਾ ਮੀਂਹ ਆ ਕਾਫੀ ਚੰਗੇ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ, ਭਾਵ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਤੱਕ ਭਾਰੀ ਮੀਂਹ ਦੇ ਆਸਾਰ ਫਿਲਹਾਲ 6 ਜਨਵਰੀ ਨੂੰ ਕਿਤੇ ਨਜ਼ਰ ਨਹੀਂ ਆ ਰਹੇ ਹਨ। ਅਤੇ 6 ਜਨਵਰੀ ਤਕਰੀਬਨ ਰਾਤ ਵੇਲੇ ਆ ਕਿਹੜਾ ਵੀ ਸਿਸਟਮ ਆ ਪੱਛਮੀ ਥੋੜ੍ਹਾ ਜਿਹਾ ਕਮਜ਼ੋਰ ਪਵੇਗਾ ਅਤੇ ਉਸ ਤੋਂ ਬਾਅਦ 7 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਸਿਸਟਮ ਆਪਣੀਆਂ ਕਾਰਵਾਈਆਂ ਆਰੰਭ ਕਰੇਗਾ ਅਤੇ ਜਿਹਦੇ ਵਿੱਚ 6 ਜਨਵਰੀ ਤੜਕੇ ਦੇ ਸਮੇਂ ਪੰਜਾਬ ਦੇ ਜਿਹੜੇ ਮਾਝਾ ਦੁਆਬਾ ਇਲਾਕੇ ਹੋਣਗੇ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ ਇਹ ਇਲਾਕੇ, ਇਹਨਾਂ ਵਿੱਚ ਚੰਗੀ ਬਰਸਾਤ ਜਿਹੜੀ ਭਾਰੇ ਰੂਪ ਵਿੱਚ ਵੀ 1-2 ਸਥਾਨਾਂ 'ਤੇ ਹੋ ਸਕਦੀ ਹੈ। ਅਤੇ ਜਿਹੜੇ ਪੱਛਮੀ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਆਪਾਂ ਗੱਲ ਕਰੀਏ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਆਪਣੇ ਇੱਧਰ ਅਬੋਹਰ ਦੀ ਸਾਈਡ ਕਹਿ ਸਕਦੇ ਹਾਂ ਮਾਨਸਾ ਏਰੀਆ, ਇਹ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੀਂਹ ਆ ਥੋੜ੍ਹਾ ਜਿਹਾ ਹਲਕੇ ਰੂਪ ਤੱਕ ਹੀ ਰਹੇਗਾ, ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਨਹੀਂ ਹਨ। ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ 7 ਤਰੀਕ ਦੀ ਸ਼ਾਮ ਨੂੰ ਆ ਕੇ ਥੋੜ੍ਹਾ ਜਿਹਾ ਚੰਗਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਤੋਂ ਬਾਅਦ 7 ਜਨਵਰੀ ਦੀ ਦੁਪਹਿਰ ਤੋਂ ਬਾਅਦ ਮੱਧ ਪੰਜਾਬ ਦੇ ਇਲਾਕੇ ਜਿਨ੍ਹਾਂ ਵਿੱਚ ਲੁਧਿਆਣਾ, ਮੋਗਾ, ਜਗਰਾਓਂ ਏਰੀਆ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੀਂਹ ਆ ਥੋੜ੍ਹਾ ਜਿਹਾ ਹਲਕੇ ਦਰਮਿਆਨੇ ਰੂਪ ਤੱਕ ਦੇਖਣ ਨੂੰ ਮਿਲ ਸਕਦਾ ਹੈ। ਅਤੇ ਪੰਜਾਬ ਦੇ ਜਿਹੜੇ ਤਰਾਈ ਇਲਾਕੇ ਹਨ ਜਿਨ੍ਹਾਂ ਵਿੱਚ ਅਨੰਦਪੁਰ ਸਾਹਿਬ ਕਹਿ ਦਈਏ ਆਪਾਂ, ਪਠਾਨਕੋਟ, ਚੰਡੀਗੜ੍ਹ, ਮੋਹਾਲੀ, ਰੂਪਨਗਰ, ਜਿਹੜੇ ਇਹ ਇਲਾਕੇ ਪੈ ਜਾਂਦੇ ਨੇ, ਇਹਨਾਂ ਇਲਾਕਿਆਂ ਵਿੱਚ ਜਿਹੜੀ ਕਾਫੀ ਚੰਗੀ ਬਰਸਾਤ ਹੋਣ ਦੇ ਆਸਾਰ ਜਿਹੜੇ 7 ਜਨਵਰੀ ਨੂੰ ਬਣ ਰਹੇ ਨੇ। ਅਤੇ ਇਸ ਤੋਂ ਬਿਨਾਂ ਜਿਹੜਾ ਬਠਿੰਡਾ, ਸੰਗਰੂਰ ਇਹ ਇਲਾਕੇ ਹੋਣਗੇ, ਬਰਨਾਲਾ, ਇਹਨਾਂ ਇਲਾਕਿਆਂ ਵਿੱਚ ਪਟਿਆਲੇ ਦਾ ਏਰੀਆ, ਇਹਦੇ ਵਿੱਚ ਕਹਿ ਸਕਦੇ ਹਾਂ ਨਾਭਾ, ਸਮਾਣਾ, ਪਾਤੜਾਂ, ਇਹਨਾਂ ਇਲਾਕਿਆਂ ਵਿੱਚ ਜਿਹੜਾ ਮੀਂਹ ਆ ਤਕਰੀਬਨ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਹੀ ਰਹੇਗਾ, 1-2 ਸਥਾਨਾਂ 'ਤੇ ਜਿਹੜੀ ਚੰਗੀ ਬਰਸਾਤ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ। ਅਤੇ ਜੇ ਆਪਾਂ ਨੂੰ ਕੁੱਲ ਮਿਲਾ ਕੇ ਸੰਖੇਪ ਵਿੱਚ ਕਹੀਏ ਤਾਂ ਜਿਹੜਾ 6 ਅਤੇ 7 ਜਨਵਰੀ ਨੂੰ ਮੌਸਮ ਹੈ ਤਕਰੀਬਨ ਸਾਰੇ ਪੰਜਾਬ ਵਿੱਚ ਬੱਦਲਬਾਈ ਵਾਲਾ ਹੀ ਰਹੇਗਾ, ਕਈ ਇਲਾਕਿਆਂ ਵਿੱਚ ਜਿਹੜਾ 1-2 ਸਥਾਨਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ ਜਿਹੜੇ ਆਪਾਂ ਪਿੱਛੇ ਜਾਣ ਦੱਸਿਆ ਹੈ, ਅਤੇ 1-2 ਸਥਾਨਾਂ ਵਿੱਚ ਜਿਹੜੀ ਗੜੇਮਾਰੀ ਵੀ ਹੋ ਸਕਦੀ ਹੈ ਜਿਵੇਂ ਮਾਝਾ ਅਤੇ ਦੁਆਬਾ ਦੇ ਇਲਾਕੇ, ਇਸ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ ਏਰੀਆ, ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਨਾਲ 1-2 ਸਥਾਨਾਂ 'ਤੇ ਗੜੇਮਾਰੀ ਹੋ ਸਕਦੀ ਹੈ। ਅਤੇ ਫਿਰੋਜ਼ਪੁਰ, ਫਾਜ਼ਿਲਕਾ ਅਤੇ ਆਪਣੇ ਇੱਧਰ ਫਰੀਦਕੋਟ ਜਿਹੜੇ ਇਹ ਇਲਾਕੇ ਹੋਣਗੇ ਮੁਕਤਸਰ ਨਾਲ ਦੇ, ਇਹਨਾਂ ਵਿੱਚ ਵੀ 1-2 ਸਥਾਨਾਂ 'ਤੇ ਵੀ ਹਲਕੇ ਰੂਪ ਵਿੱਚ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ।